ਹਾਈ ਗਾਈਜ਼, ਵੈਲਕਮ ਬੈਕ ਟੂ ਮਾਈ ਚੈਨਲ। ਅੱਜ ਤੁਹਾਨੂੰ ਆਪਾਂ ਫਿਰ ਇੱਕ ਨਵੀਂ ਜਗ੍ਹਾ ਔਰ ਨਵੇਂ ਅਸਥਾਨ 'ਤੇ ਲੈ ਕੇ ਆਏ ਹਾਂ। ਪੰਜਾਬ ਦੇ ਜ਼ਿਲ੍ਹੇ ਗੁਰਦਾਸਪੁਰ ਦੇ, ਜਿਹੜਾ ਕਿ ਬਟਾਲੇ ਸ਼ਹਿਰ ਤੋਂ 20 ਕਿਲੋਮੀਟਰ ਦੂਰੀ 'ਤੇ ਆ, ਬਾਬਾ ਲਾਲ ਪਿੰਡ ਧਿਆਨਪੁਰ ਸਥਿਤ ਸ੍ਰੀ ਧਾਮ ਬਾਬਾ ਲਾਲ ਜੀ ਦੇ ਦਰਬਾਰ 'ਤੇ ਅੱਜ ਆਪਾਂ ਪਹੁੰਚੇ ਹਾਂ। ਬਹੁਤ ਹੀ ਪੁਰਾਣਾ ਇਤਿਹਾਸਿਕ ਧਾਮ ਆ ਬਾਬਾ ਲਾਲ ਜੀ ਦਾ। 1495 ਦੇ ਵਿੱਚ ਇਸ ਜਗ੍ਹਾ 'ਤੇ, ਇਸ ਅਸਥਾਨ 'ਤੇ, ਧਿਆਨਪੁਰ ਪਿੰਡ ਦੇ ਵਿੱਚ ਫਿਲਹਾਲ ਬਾਬਾ ਲਾਲ ਜੀ ਪਹੁੰਚੇ ਸੀ। ਅਤੇ ਬਹੁਤ ਹੀ ਬੜੀ ਮਾਣ ਵਾਲੀ ਗੱਲ ਹੈ ਜੀ, ਬਾਬਾ ਲਾਲ ਜੀ ਦੇ ਇਸ ਜਗ੍ਹਾ 'ਤੇ ਚਰਨ ਉਸ ਟਾਈਮ ਪਏ ਸੀ 1495 ਦੇ ਵਿੱਚ। ਅੱਜ ਆਪਾਂ ਫਿਲਹਾਲ ਬਾਬਾ ਲਾਲ ਜੀ ਦੇ ਦਰਬਾਰ 'ਤੇ, ਅਸਥਾਨ 'ਤੇ ਮੱਥਾ ਟੇਕਣ ਵਾਸਤੇ ਆਏ ਹਾਂ। ਮੇਰੀਆਂ ਕਾਫੀ ਇਸ ਜਗ੍ਹਾ ਦੇ ਨਾਲ ਯਾਦਾਂ ਜੁੜੀਆਂ ਹੋਈਆਂ ਨੇ, ਮੇਰੀ ਮਾਤਾ ਜੀ ਦੇ ਨਾਲ ਔਰ ਮੇਰੇ ਫਾਦਰ ਸਾਹਿਬ ਦੇ ਨਾਲ। ਮੇਰੀ ਮੰਮਾ ਜੀ ਨੇ ਕਾਫੀ ਵਾਰ ਕਿਹਾ ਕਿ ਤੁਸੀਂ ਇੱਕ ਵਾਰੀ ਬਲਵੀਰ ਬਾਬਾ ਲਾਲ ਜ਼ਰੂਰ ਜਾਵੀਂ। ਇਸ ਕਰਕੇ ਮੇਰੀ ਇਹ ਕਮੀ ਰਹੀ ਆ ਵੀ ਮੈਂ ਆਪਣੀ ਮਾਂ ਦੇ ਨਾਲ ਜਾਂ ਮੈਂ ਆਪਣੇ ਪਿਤਾ ਜੀ ਦੇ ਨਾਲ ਤਾਂ ਨਹੀਂ ਆ ਸਕਿਆ। ਫਿਲਹਾਲ ਅੱਜ ਮੈਂ ਇਕੱਲਾ ਆਇਆ ਹਾਂ ਔਰ ਮੇਰੇ ਨਾਲ ਮਹਿਤਾਬ ਸਿੰਘ। ਚਲੋ, ਇੰਨਾ ਕੁ ਖੁਸ਼ ਨਸੀਬ ਹੈਗਾ ਮੈਂ ਫਿਰ ਵੀ ਕਿ ਮੈਂ ਪਹੁੰਚਿਆ ਜ਼ਰੂਰ ਹਾਂ। ਇਸ ਜਗ੍ਹਾ 'ਤੇ 3:30 ਵਜੇ ਬਾਬਾ ਲਾਲ ਜੀ ਦੀ ਜਿਹੜੀ ਆ ਸਮਾਧੀ ਖੁੱਲ੍ਹਦੀ ਆ, ਅਤੇ ਉਹ ਇਸ ਕਰਕੇ ਜਿਹੜੀ ਇਤਿਹਾਸ ਦੇ ਮੁਤਾਬਕ ਮੰਦਰ ਵੀ 3:30 ਵਜੇ ਹੀ ਖੁੱਲ੍ਹੇਗਾ, ਓਪਨ ਹੋਏਗਾ, ਅਤੇ ਸੰਗਤ ਨੂੰ ਦਰਸ਼ਨ ਕਰਨ ਵਾਸਤੇ ਅੰਦਰ ਐਂਟਰੀ ਹੋਵੇਗੀ। ਤਾਂ ਉਹਨਾਂ ਤੱਕ ਆਪਾਂ ਨੂੰ ਵੇਟ ਕਰਨੀ ਪਏਗੀ। ਆਪਾਂ ਫਿਲਹਾਲ ਪਹਿਲੇ ਆ ਗਏ ਹਾਂ। ਇਹ ਜਗ੍ਹਾ ਬਹੁਤ ਜ਼ਿਆਦਾ ਮਸ਼ਹੂਰ ਔਰ ਇਤਿਹਾਸਿਕ ਹੈ। ਸੁਣ ਚ ਆਉਂਦਾ ਹੈ ਕਿ ਕੁਝ ਟਾਈਮ ਇਸ ਜਗ੍ਹਾ ਤੋਂ ਬਾਬਾ ਲਾਲ ਜੀ ਦੇ ਚੇਲੇ ਨੂੰ ਜਦੋਂ ਇੱਕ ਆਗਿਆ ਮਿਲੀ, ਜਾਂ ਪਿੰਡ ਦੇ ਨਜ਼ਦੀਕ ਗਜਾ ਕੰਨ ਦੀ ਜਾਂ ਦੁੱਧ ਜਾਂ ਲੱਸੀ ਲੈ ਕੇ ਆਉਣ ਦੀ, ਉਸ ਟਾਈਮ ਜਦੋਂ ਉਸ ਜਗ੍ਹਾ 'ਤੇ ਗਏ ਸੀ ਪਿੰਡ, ਅਤੇ ਉਸ ਚੇਲੇ ਦੇ, ਕਿਉਂਕਿ ਇੱਕ ਜਿਹੜੇ ਬਾਬਾ ਲਾਲ ਦੇ ਚੇਲੇ ਹੋਣ, ਬਾਬਾ ਲਾਲ ਜੀ ਦੀ ਇੰਨੀ ਹਸਤੀ ਸੀ ਜਾਂ ਇੰਨੇ ਮਹਾਨ ਸੀ, ਸ਼ਕਤੀ ਵਾਲੇ, ਤਾਂ ਉਹਨਾਂ ਦੇ ਚੇਲੇ ਕਿਹੜੇ ਪਾਸੋਂ ਘੱਟ ਹੋ ਸਕਦੇ ਨੇ। ਉਹਨਾਂ ਦੇ ਚੇਲੇ ਨੇ ਜਦੋਂ ਗਏ ਉਹਨਾਂ ਦੇ ਘਰ, ਤਾਂ ਤੁਸੀਂ ਆਪ ਹੀ ਸੋਚ ਸਕਦੇ ਜੇ ਵੀ ਉਸ ਮਾਤਾ ਜੀ ਨੇ ਕਿਹਾ ਕਿ ਫਿਲਹਾਲ
ਬਾਬਾ ਜੀ ਅੱਜ ਤੁਹਾਨੂੰ ਲੱਸੀ ਜਾਂ ਦੁੱਧ ਨਹੀਂ ਮਿਲ ਸਕਦਾ ਕਿਉਂਕਿ ਸਾਡਾ ਬੱਸਾ ਜਿਹੜਾ ਆ ਮਰ ਗਿਆ ਆ ਅਤੇ ਉਸ ਬਾਬਾ ਲਾਲ ਜੀ ਦੇ ਚੇਲੇ ਨੇ ਕਿਹਾ ਕਿ ਆਪਾਂ ਉਹ ਬੱਸਾ ਜ਼ਿੰਦਾ ਕਰ ਦੇਵਾਂਗੇ ਅਤੇ ਮਾਤਾ ਜੀ ਨੇ ਕਿਹਾ ਕਿ ਇਹ ਗੱਲ ਤੁਹਾਡੇ ਔਰ ਮੇਰੇ ਵਿੱਚ ਹੀ ਰਹਿਣੀ ਚਾਹੀਦੀ ਆ, ਕਿਸੇ ਹੋਰ ਨੂੰ ਨਹੀਂ ਪਤਾ ਲੱਗਣਾ ਚਾਹੀਦਾ। ਤੁਸੀਂ ਫਿਲਹਾਲ ਸੋਚ ਸਕਦੇ ਜੇ ਵੀ ਚਲੋ ਜਿਹੜੀ ਜਨਾਨੀ ਜਾਤ ਆ ਫਿਲਹਾਲ ਉਹਨਾਂ ਨੂੰ ਮਨ ਦੇ ਵਿੱਚ ਉਹਨਾਂ ਦੇ ਗੱਲ ਨਹੀਂ ਲੁਕਦੀ ਅਤੇ ਫਿਲਹਾਲ ਫਿਰ ਉਹੀ ਗੱਲ ਹੋ ਗਈ। ਕੁਝ ਟਾਈਮ ਪਾ ਕੇ ਉਹਨਾਂ ਦੇ ਪਿੰਡ ਦੇ ਵਿੱਚ ਕਿਸੇ ਬੱਚੇ ਦੀ ਡੈਥ ਹੋ ਜਾਂਦੀ ਆ ਅਤੇ ਬੱਚੇ ਦੀ ਡੈਥ ਹੋਣ ਦੇ ਬਾਵਜੂਦ ਫਿਰ ਉਹ ਜਨਾਨੀ ਲੇਡੀਜ਼ ਜਿਹੜੀ ਕਿ ਫਿਰ ਗੁਰੂਆਂ ਕੋਲ ਪਹੁੰਚਦੀ ਆ ਅਤੇ ਗੁਰੂਆਂ ਕੋਲ ਪਹੁੰਚ ਕੇ ਇਹੀ ਕਹਿੰਦੀ ਆ ਕਿ ਜੇ ਅਗਰ ਤੁਸੀਂ ਮੇਰਾ ਵੱਸਾ ਜਿੰਦਾ ਕੀਤਾ ਸੀ ਤਾਂ ਇਸ ਬੱਚੇ ਨੂੰ ਵੀ ਜਿੰਦਾ ਕਰਨਾ ਪਊਗਾ। ਅਤੇ ਬਾਬਾ ਲਾਲ ਜੀ ਨੇ ਫਿਰ ਜਦੋਂ ਇੰਨੀ ਗੱਲ ਸੁਣੀ ਕਿ ਮੇਰੇ ਚੇਲੇ ਨੇ ਇਹ ਕੰਮ ਕੀਤਾ ਹੋਇਆ ਆ ਅਤੇ ਉਸ ਚੇਲੇ ਨੂੰ ਕਿਹਾ ਕਿ ਹੁਣ ਤੁਸੀਂ ਇਸ ਬੱਚੇ ਨੂੰ ਵੀ ਜਿੰਦਾ ਜ਼ਰੂਰ ਕਰੋ ਅਤੇ ਜਦੋਂ ਫਿਰ ਉਹ ਬੱਚੇ ਨੂੰ ਜਿੰਦਾ ਕੀਤਾ ਆ ਅਤੇ ਤੁਸੀਂ ਸਮਝ ਸਕਦੇ ਜੇ ਕਿ ਫਿਰ ਇਤਿਹਾਸ ਦੇ ਮੁਤਾਬਕ ਲਿਖਤੀ ਰੂਪ 'ਚ ਮਿਲਦਾ ਆ ਕਿ ਫਿਰ ਬਾਬਾ ਲਾਲ ਜੀ ਨੇ ਉਸ ਚੇਲੇ ਨੂੰ ਆਪਣੀ ਹਿੱਕ ਦੇ ਨਾਲ ਲਾ ਕੇ ਉਸ ਚੇਲੇ ਆਪਣੇ ਦੀ ਜਿਹੜੀ ਕਿ ਉਸ ਚੇਲੇ ਦਾ ਸ਼ਕਤੀ ਜਿਹੜੀ ਸੀ ਉਹਨਾਂ ਨਾਲੋਂ ਖਿੱਚ ਕੇ ਆਪਣੇ ਅੰਦਰ ਕਰ ਲਈ ਅਤੇ ਇੱਕ ਉਹਨਾਂ ਨੂੰ ਗਿਆਨ ਦਿੱਤਾ ਕਿ ਇਹ ਅਕਾਲ ਪੁਰਖ ਦੇ ਨਾਲ ਟੱਕਰਿਆ ਜਿਹੜਾ ਇਸ ਮ੍ਰਿਤ ਲੋਕ ਦੇ ਵਿੱਚ ਆ ਚੁੱਕਾ ਆ ਉਹਨੂੰ ਇਸ ਸੰਸਾਰ ਤੋਂ ਜਾਣਾ ਹੀ ਪਵੇਗਾ ਅਤੇ ਤੁਸੀਂ ਇਹ ਗਲਤ ਕੀਤਾ ਆ। ਬੜੀ ਇੱਥੋਂ ਦੀ ਇਤਿਹਾਸ ਜਿਹੜਾ ਆ ਬੜਾ ਹੀ ਸੁੰਦਰ ਔਰ ਇਤਿਹਾਸਿਕ ਆ। ਤੁਸੀਂ ਜ਼ਰੂਰ ਆਪਣੇ ਪਰਿਵਾਰ ਸਮੇਤ ਬੱਚਿਆਂ ਸਮੇਤ ਦੋਸਤਾਂ ਦੇ ਨਾਲ ਮਾਤਾ ਪਿਤਾ ਜਿਹਦੇ ਨਾਲ ਵੀ ਤੁਹਾਡਾ ਟਾਈਮ ਲੱਗੇ ਜ਼ਰੂਰ ਇੱਥੇ ਇੱਕ ਵਾਰੀ ਆਓ ਦਰਸ਼ਨ ਕਰਨ ਵਾਸਤੇ। ਬਹੁਤ ਇਤਿਹਾਸਿਕ ਜਗ੍ਹਾ ਆ। ਨਜ਼ਦੀਕ ਹੀ ਇੱਥੇ ਸ਼ਨੀਵਾਰ ਫਿਲਹਾਲ ਜ਼ਿਆਦਾ ਮੇਲਾ ਬਹੁਤ ਜ਼ਿਆਦਾ ਭਰਦਾ ਆ। ਤੁਸੀਂ ਹਰ ਸ਼ਨੀਵਾਰ ਇੱਥੇ ਤੁਸੀਂ ਆ ਸਕਦੇ ਜੇ ਕਿਉਂਕਿ ਇਸ ਸ਼ਨੀਵਾਰ ਇੱਥੇ ਜਿਹੜੇ ਭੈਣਾਂ ਜਿਨ੍ਹਾਂ ਨੂੰ ਕੋਈ ਬਾਲ ਬੱਚੇ ਦੀ ਕੋਈ ਪ੍ਰੋਬਲਮ ਹੁੰਦੀ ਆ ਉਹ ਇੱਥੇ ਜ਼ਰੂਰ ਸ਼ਨੀਵਾਰ ਪੌਲੀ ਸਾਹਿਬ ਆਣ ਕੇ ਇਸ਼ਨਾਨ ਕਰਦੇ ਨੇ ਅਤੇ ਉਹਨਾਂ 'ਤੇ ਉਸ ਪਰਮਾਤਮਾ ਦੀ ਬਾਬਾ ਲਾਲ ਧਿਆਨਪੁਰ ਦੀ ਬਹੁਤ ਕਿਰਪਾ ਹੁੰਦੀ ਆ ਅਤੇ ਉਹਨਾਂ ਨੂੰ ਕੋਈ ਧੀ ਪੁੱਤ ਦੀ ਪ੍ਰਾਪਤੀ ਮਿਲ ਜਾਂਦੀ ਹੈ। ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਕਿਉਂਕਿ ਤੁਹਾਡਾ ਇੱਕ ਸਬਸਕ੍ਰਾਈਬ ਸਾਡੇ ਵਾਸਤੇ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਆ ਅਤੇ ਮੰਦਰ 3:30 ਖੁੱਲ੍ਹਣ ਵਾਲਾ ਆ ਬਾਬਾ ਲਾਲ ਜੀ ਦਾ ਅਤੇ ਤੁਹਾਨੂੰ ਅੰਦਰ ਦੇ ਜ਼ਰੂਰ ਮੈਂ ਦਰਸ਼ਨ ਕਰਾਵਾਂਗਾ। ਆ ਜਾਓ। ਸੈਣੇ ਖੜਕਦੇ ਪਏ ਆ, ਖੁਸ਼ੀ ਦੇ ਢੋਲ ਸੈਣੇ ਖੜਕਦੇ ਪਏ ਆ ਇੱਥੇ ਬਾਬਾ ਲਾਲ ਧਿਆਨਪੁਰ ਜੀ ਦੇ ਮਹਿਤਾਬ ਮਹਾਰਾਜ।
ਆਪਣੇ ਪਰਿਵਾਰ ਸਮੇਤ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਆ ਇਸ ਜਗ੍ਹਾ 'ਤੇ ਖੁਸ਼ੀ ਦੇ ਢੋਲ ਸਿਆਣੇ ਖੜਕਾਉਣ ਦੇ ਨਾਲ। ਕਿਉਂਕਿ ਜਿਨ੍ਹਾਂ ਨੂੰ ਬੱਚਿਆਂ ਦੀ ਪ੍ਰਾਪਤੀ ਮਿਲਦੀ ਆ ਧੀ ਜਾਂ ਪੁੱਤ ਦੀ, ਇਧਰਲੇ ਪਾਸੇ ਲੰਗਰ ਹਾਲ ਆ, ਤੁਹਾਨੂੰ ਰੋਟੀ ਦੀ ਫੁਲਕੇ ਦੀ ਲੋੜ ਪੈ ਜਾਵੇ ਇੱਥੋਂ ਤੁਸੀਂ ਲੰਗਰ ਛਕ ਸਕਦੇ ਜੀ। ਬਹੁਤ ਹੀ ਵਧੀਆ ਆ ਜੋ ਤੁਹਾਨੂੰ ਖਾ ਹੀ ਦਿੰਦੇ ਹਾਂ। ਇਹ ਲੰਗਰ ਹਾਲ ਹੈ। ਜੇਕਰ ਘਰੋਂ ਤੁਸੀਂ ਰੋਟੀ ਜਾਂ ਫੁਲਕਾ ਛੱਕ ਕੇ ਨਹੀਂ ਆਏ ਤਾਂ ਲੰਗਰ ਛੱਕਣ ਵਾਸਤੇ ਤਾਂ ਹੀ ਬੇਫਿਕਰ ਹੋ ਜਾਓ, ਇੱਥੇ ਤੁਹਾਨੂੰ ਲੰਗਰ ਜ਼ਰੂਰ ਮਿਲ ਜਾਏਗਾ। ਮੇਰੇ ਮਨ 'ਚ ਬਹੁਤ ਜ਼ਿਆਦਾ ਚਿਰ ਤੋਂ ਇਹ ਤਮੰਨਾ ਸੀ ਕਿ ਮੈਂ ਬਾਬਾ ਲਾਲ ਧਿਆਨਪੁਰ ਜਾਣਾ ਆ ਅਤੇ ਜ਼ਰੂਰ ਜਾਵਾਂਗਾ। ਫਿਲਹਾਲ ਅੱਜ ਮੇਰੇ ਮਨ 'ਚ ਜਿਹੜੀ ਰੀਸ ਸੀ ਉਹ ਅੱਜ ਪੂਰੀ ਹੋ ਗਈ। ਮੇਰੀ ਸਵਰਗ 'ਚ ਬੈਠੇ ਹੋਏ ਮਾਤਾ ਪਿਤਾ ਉਹਨਾਂ ਨੂੰ ਵੀ ਜ਼ਰੂਰ ਖੁਸ਼ੀ ਮਿਲੀ ਹੋਏਗੀ ਕਿਉਂਕਿ ਉਹਨਾਂ ਦਾ ਬੇਟਾ ਅੱਜ ਬਾਬਾ ਲਾਲ ਧਿਆਨਪੁਰ ਪਹੁੰਚਿਆ। ਇੱਕੋ ਕਮੀ ਆ, ਉਹ ਕਮੀ ਰਹੇਗੀ ਕਿ ਮੈਂ ਆਪਣੇ ਮਾਤਾ ਪਿਤਾ ਦੇ ਨਾਲ ਨਹੀਂ ਆ ਸਕਿਆ। ਸਾਢੇ ਤਿੰਨ ਹੋ ਗਏ ਆ, ਦਰਬਾਰ ਖੁੱਲ੍ਹ ਗਿਆ ਆ। ਮਹਿਤਾਬ ਦਰਬਾਰ ਖੁੱਲ੍ਹ ਗਿਆ ਆ, ਆਪਾਂ ਹੁਣ ਐਂਟਰੀ ਕਰਾਂਗੇ, ਮੱਥਾ ਟੇਕਣ ਦਰਸ਼ਨ ਕਰਾਂਗੇ ਬਾਬਾ ਲਾਲ ਜੀ ਦੇ। ਖੜਕਾ ਖੜਕਾ ਡਾਲ ਕਿੰਨੇ ਹੋਏ ਆ।
ਦਰਬਾਰ ਤੇ ਆਪਾਂ ਮੱਥਾ ਟੇਕ ਕੇ ਆ ਗਏ। ਸਾਨੂੰ ਪ੍ਰਸਾਦ ਦੇ ਵਿੱਚ ਕੀ ਮਿਲਿਆ? ਕੇਲੇ, ਅਮਰੂਦ। ਕੇਲੇ, ਅਮਰੂਦ, ਫਲ ਫਰੂਟ ਸਾਨੂੰ ਦਰਬਾਰ ਤੋਂ ਮਿਲ ਗਏ ਆ ਤੇ ਆਪਾਂ ਘਰ ਖੜਾਂਗੇ ਹੁਣ। ਵੀਡੀਓ ਚੰਗੀ ਲੱਗੇ ਤਾਂ ਸ਼ੇਅਰ, ਲਾਈਕ, ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ। ਬਹੁਤ ਹੀ ਸੁੰਦਰ ਔਰ ਅਸਥਾਨ ਹੈ ਇਹ ਧਾਮ, ਇੱਕ ਸੁੰਦਰ ਧਾਮ ਹੈ। ਮੈਂ ਇੱਥੋਂ ਦਾ ਇਤਿਹਾਸ ਜ਼ਿਆਦਾ ਪੜ੍ਹਿਆ ਤਾਂ ਨਹੀਂ ਹੈ, ਜਿੰਨਾ ਕੁ ਪੜ੍ਹਿਆ ਸੀ, ਜਿੰਨੀ ਕੁ ਨੌਲੇਜ ਸੀ ਤੁਹਾਡੇ ਦਾਸ ਨੂੰ ਮੈਂ ਜ਼ਰੂਰ ਤੁਹਾਡੇ ਤੱਕ ਪਹੁੰਚਾਈ। ਮੈਂ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਦੇ ਥੱਲੇ ਲਿਖ ਦੇਵਾਂਗਾ, ਤੁਸੀਂ ਇੱਥੋਂ ਦਾ ਇਤਿਹਾਸ ਜ਼ਰੂਰ ਪੜ੍ਹਿਓ ਵੀਡੀਓ 'ਤੇ ਜਾ ਕੇ। ਮਹਿਤਾਬ, ਇਸੇ ਤਰ੍ਹਾਂ ਤੁਸੀਂ ਵੇਖਦੇ ਰਹੋ ਬਲਵੀਰ ਸਿੰਘ ਸ਼ੇਰਗਿੱਲ ਦਾ ਚੈਨਲ। ਖੁਸ਼ੀਆਂ ਮਾਣੋ, ਆਨੰਦ ਮਾਣੋ, ਖੁਸ਼ ਹੋ, ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ। ਇੱਕ ਤੁਹਾਨੂੰ ਮੈਂ ਜਾਣਕਾਰੀ ਹੋਰ ਦੇਵਾਂ, ਮੇਰੇ ਪਿੱਛੇ ਸਭ ਤੋਂ ਜ਼ਿਆਦਾ ਜਿਹੜੀ ਭਾਸ਼ਾ ਲਿਖੀ ਇੱਥੇ ਮਿਲਦੀ ਆ ਉਹ ਤੁਹਾਨੂੰ ਸਿਰਫ ਇੱਕ ਸੰਸਕ੍ਰਿਤ ਦੇ ਵਿੱਚ ਹੀ ਮਿਲੇਗੀ। ਮੈਂ ਦਫ਼ਤਰ ਦੇ ਵਿੱਚ ਜਾ ਕੇ ਬੇਨਤੀ ਜ਼ਰੂਰ ਕੀਤੀ ਆ ਕਿ ਇੱਥੇ ਇੰਗਲਿਸ਼ ਜਾਂ ਪੰਜਾਬੀ, ਹਿੰਦੀ ਦੇ ਵਿੱਚ ਜ਼ਰੂਰ ਲਿਖਿਓ, ਬੇਨਤੀ ਕੀਤੀ ਆ ਦਾਸ ਨੇ, ਕਿਉਂਕਿ ਪੰਜਾਬ ਦੇ ਵਿੱਚ ਹਿੰਦੀ ਤਾਂ ਵੈਸੇ ਕਈਆਂ ਨੂੰ ਘੱਟ ਆਉਂਦੀ ਆ ਅਤੇ ਟ੍ਰਾਂਸਲੇਸ਼ਨ ਮੈਨੂੰ ਖੁਦ ਕਰਕੇ ਫਿਲਹਾਲ ਪੰਜਾਬੀ ਜਾਂ ਅੰਗਰੇਜ਼ੀ 'ਚ ਇਤਿਹਾਸ ਨੂੰ ਮੈਂ ਪੜ੍ਹਿਆ, ਕਿਉਂਕਿ ਮੈਨੂੰ ਸੰਸਕ੍ਰਿਤ ਤਾਂ ਉੱਕੀ ਨਹੀਂ ਆਉਂਦੀ, ਹਿੰਦੀ ਜਿਹੜੀ ਸੀ ਉਹ ਵੀ ਮੈਨੂੰ ਬਹੁਤ ਜ਼ਿਆਦਾ ਘੱਟ ਆਉਂਦੀ ਆ, ਅਤੇ ਮੈਂ ਪੰਜਾਬੀ ਜਾਂ ਇੰਗਲਿਸ਼ ਨੂੰ ਜ਼ਿਆਦਾ ਪੜ੍ਹ ਸਕਦਾ ਹਾਂ। ਬੇਨਤੀ ਕੀਤੀ ਆ, ਉਹਨਾਂ ਨੇ ਕਬੂਲ ਕੀਤੀ ਆ ਵੀ ਆਉਣ ਵਾਲੇ ਸਮੇਂ 'ਚ ਤੁਸੀਂ ਜਦੋਂ ਅਗਲੀ ਆ ਦੂਜੀ ਆ ਆਓਗੇ ਇੱਥੇ ਚੜ੍ਹ ਤੁਹਾਨੂੰ ਦੂਜੀ ਲੈਂਗੁਏਜ 'ਚ ਵੀ ਸ਼ਾਇਦ ਮਿਲ ਸਕਦਾ ਹੈ ਕੁਛ ਸਮਾਂ ਟਾਈਮ ਪਾ ਕੇ। ਅਤੇ ਬਹੁਤ ਮੈਨੂੰ ਵਧੀਆ ਲੱਗਿਆ ਉਸ ਵੀਰ ਦੇ ਨਾਲ ਡਿਸਕਸ ਕਰਨ ਦੇ ਨਾਲ, ਕਿਉਂਕਿ ਉਹਨਾਂ ਦਾ ਨੇਚਰ ਮੈਨੂੰ ਬਹੁਤ ਵਧੀਆ ਲੱਗਿਆ। ਵੀਡੀਓ ਚੰਗੀ ਲੱਗੇ ਤਾਂ ਸ਼ੇਅਰ, ਲਾਈਕ, ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ। ਖੁਸ਼ੀਆਂ ਮਾਣੋ, ਆਨੰਦ ਰਹੋ, ਖੁਸ਼ ਰਹੋ, ਆਬਾਦ ਰਹੋ। ਇਸੇ ਤਰ੍ਹਾਂ ਤੁਸੀਂ ਵੇਖਦੇ ਰਹੋ ਬਲਵੀਰ ਸਿੰਘ ਸ਼ੇਰਗਿੱਲ ਦਾ ਚੈਨਲ। ਅਤੇ ਤੁਹਾਨੂੰ ਹੁਣ ਆਪਾਂ ਛੱਡ ਜਾਂਦੇ ਹਾਂ ਬਾਬਾ ਲਾਲ ਧਿਆਨਪੁਰ, ਅਤੇ ਵੇਖੋ, ਦਰਸ਼ਨ ਕਰੋ, ਅਤੇ ਜ਼ਰੂਰ ਆਪਣੇ ਇੱਥੇ ਪਰਿਵਾਰ ਸਮੇਤ, ਬੱਚਿਆਂ ਸਮੇਤ ਜ਼ਰੂਰ ਇੱਥੇ ਆਇਓ। ਜੈ ਹੋ ਬਾਬਾ ਲਾਲ ਧਿਆਨਪੁਰ ਜੀ ਦੀ। ਮੈਂ ਇੱਕ ਭੈਣਾਂ ਨੂੰ ਦੱਸਣਾ ਭੁੱਲ ਗਿਆ ਕਿ ਇੱਥੋਂ ਦਾ ਜਿਹੜੀ ਬੌਲੀ ਸਾਹਿਬ ਦੀ ਮਾਨਤਾ ਨੇ, ਤੁਸੀਂ ਜੇ ਅਗਰ ਇੱਥੇ ਕੋਈ ਇੱਛਾ ਰੱਖਦੇ ਜੇ ਬਾਲ ਬੱਚੇ ਦੀ, ਤਾਂ ਤੁਸੀਂ ਮੱਸਿਆਂ ਤੋਂ ਬਾਅਦ ਜਿਹੜਾ ਪਹਿਲਾ ਔਰ ਦੂਸਰਾ ਸ਼ਨੀਵਾਰ ਆ, ਉਹ ਸ਼ਨੀਵਾਰ ਤੁਸੀਂ ਆ ਸਕਦੇ ਜੇ ਇੱਥੇ ਬੌਲੀ ਸਾਹਿਬ ਇਸ਼ਨਾਨ ਕਰੋਗੇ ਤਾਂ ਤੁਹਾਨੂੰ ਧੀ ਜਾਂ ਪੁੱਤ ਦੀ ਪ੍ਰਾਪਤੀ ਹੋ ਸਕਦੀ ਹੈ। ਇੱਥੇ ਬਹੁਤ ਹੀ ਲੋਕ ਆਪਣੀ
ਖੁਸ਼ੀਆਂ ਝੋਲੀਆਂ ਭਰ ਕੇ ਇੱਥੋਂ ਗਏ ਨੇ ਅਤੇ ਹਰ ਲੋਕ ਇੱਥੇ ਬੜੇ ਹੀ ਭੈਣਾਂ ਇੱਥੇ ਆਪਣੀਆਂ ਝੋਲੀਆਂ ਭਰਨ ਵਾਸਤੇ ਜ਼ਰੂਰ ਇੱਥੇ ਆਉਂਦੀਆਂ ਨੇ। ਅਤੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ, ਲਾਈਕ, ਸਬਸਕ੍ਰਾਈਬ ਚੈਨਲ ਨੂੰ ਤੁਸੀਂ ਜ਼ਰੂਰ ਕਰਿਓ। ਇਸੇ ਤਰ੍ਹਾਂ ਤੁਸੀਂ ਵੇਖਦੇ ਰਹੋ ਬਲਵੀਰ ਸਿੰਘ ਸ਼ੇਰਗਿੱਲ ਦਾ ਚੈਨਲ। ਮੇਰਾ ਫਰਜ਼ ਸੀ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾ ਦੇਣੀ ਅਤੇ ਮੈਂ ਆਪਣੇ ਫਰਜ਼ ਨੂੰ ਅਦਾ ਕਰਦਾ ਹੋਇਆ ਮੈਂ ਤੁਹਾਡੇ ਤੱਕ ਇਹ ਜਾਣਕਾਰੀ ਜ਼ਰੂਰ ਪਹੁੰਚਾਈ ਆ। ਅਤੇ ਜ਼ਰੂਰ ਉਸ ਬੌਲੀ ਸਾਹਿਬ 'ਚ ਜ਼ਰੂਰ ਆਪਣੇ ਇਸ਼ਨਾਨ ਵਾਸਤੇ ਜ਼ਰੂਰ ਆਇਓ। ਜ਼ਰੂਰੀ ਨਹੀਂ ਹੈ ਕਿ ਉੱਥੇ ਤੁਸੀਂ ਭੈਣਾਂ ਹੀ ਇਸ਼ਨਾਨ ਕਰ ਸਕਦੀਆਂ ਨੇ ਜਿਨ੍ਹਾਂ ਨੇ ਆਪਣੀ ਚੋਲੀ ਨੂੰ ਭਰਾਉਣਾ ਹੋਵੇ। ਉੱਥੇ ਵੀਰ ਭਰਾ ਉਸ ਤੋਂ ਬਾਅਦ ਵੀ ਉਸ ਤਰ੍ਹਾਂ ਵੀ ਉਸ ਜਗ੍ਹਾ 'ਤੇ ਉਸ ਬੌਲੀ ਸਾਹਿਬ 'ਤੇ ਇਸ਼ਨਾਨ ਕਰ ਸਕਦੇ। ਵੀਡੀਓ ਚੰਗੀ ਲੱਗੇ ਤਾਂ ਸ਼ੇਅਰ, ਲਾਈਕ, ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ। ਇਸੇ ਤਰ੍ਹਾਂ ਤੁਸੀਂ ਦੇਖਦੇ ਰਹੋ ਬਲਵੀਰ ਸਿੰਘ ਸ਼ੇਰਗਿੱਲ ਦਾ ਚੈਨਲ। ਖੁਸ਼ੀਆਂ ਮਾਣੋ, ਆਨੰਦ ਮਾਣੋ, ਖੁਸ਼ ਰਹੋ, ਆਬਾਦ ਰਹੋ।